ਇਹਨਾਂ ਦੇ ਨਾਲ ਨਾਲ ਤੋਂ ਇਧਰ ਖੜੇ ਹੋ ਤੁਸੀਂ ਵੀਡੀਓ ਕਿਉਂ ਪਾਈ ਆ ਵੀ ਸਾਡੇ ਕੋਲ ਰਾਸ਼ਨ ਹੈ ਨੀਗਾ ਤੁਸੀਂ ਗਲਤ ਕਿਉਂ ਬੋਲਿਆ ਚਲੋ ਆਪਣੇ ਕਮਰੇ ਮੈਂ ਚੈੱਕ ਕਰੂ ਰਾਸ਼ਨ ਨੀ ਹੈ ਚਲੀਏ ਆਓ ਚਲੋ ਵੀਡੀਓ ਪਾਈ ਸੀ ਆਪਣੇ ਕੋ ਬਣਾ ਕੇ ਪਾ ਰਹੇ ਫੇਸਬੁਕ ਮੇ ਕਿ ਆਪਣੇ ਪਾਸ ਰਾਸ਼ਨ ਆਪਣਾ ਕਮਰਾ ਚੈੱਕ ਕਰੋ ਮੇਰੇ ਚੱਲ ਦੇਖੋ ਆ ਕੇ ਬਾਹਰ ਆ ਦੇਖੋ ਕਿਤਨਾ ਰਾਸ਼ਨ ਬੜਾ ਮੇਰੇ ਕੋਲ ਚਾਵਲ ਕੀ ਪੰਜ ਸੱਤ ਗੋਰੀਆਂ ਬੜੀ ਆ ਪੀਪੇ ਤਿਹੋਰੇ ਪਏ ਆ ਆਲੂ ਪਏ ਆ ਚੌਲ ਪਏ ਆ ਦਾਲਾਂ ਆ ਦੇਖੋ ਆ ਮੂੰਗੀ ਮਾਰੇ ਦਾਲ ਪੰਜ ਦਸ ਕਿਲੋ ਪਈ ਆ ਸੋਇਆਬੀਨ ਪਈ ਆ ਬਾਕੀ ਮਸਾਲੇ ਸਾਰੇ ਝੂਠ ਗੁਮਰਾਹ ਕਰ ਰਹੇ ਸਾਰੇ ਗਵਰਨਮੈਂਟ ਕਿਉਂ ਗੁਮਰਾਹ ਕੀਆ ਝੂਠ ਬੋਲੋ ਸਭ ਸਮਾਨ ਬਾਅਦ ਮੈਂ ਆ ਗਿਆ ਤੁਰੰਤ ਇੱਕ ਡੇਢ ਘੰਟੇ ਬਾਅਦ ਤੁਰੰਤ ਆ ਗਿਆ ਸਭ ਸਮਾਨ ਨਹੀਂ ਆਪਣੇ ਵੀਡੀਓ ਪਾਈ ਆਪਣੇ ਪਾਸ ਸਮਾਨ ਕਿਤਨਾ ਪੜਾ ਹੈ ਜੀ ਇਹ ਬਾਅਦ ਮੈਂ ਸਭ ਆ ਗਿਆ ਇਹ ਸਭ ਬਾਅਦ ਮੈਂ ਆਇਆ ਸਭ ਸਮਾਨ ਬਾਅਦ ਮੈਂ ਆਇਆ ਮਤਲਬ ਵੀਡੀਓ ਪਾਣੇ ਕੇ ਮਤਲਬ ਦੋ ਢਾਈ ਘੰਟੇ ਬਾਅਦ ਹੀ ਆਇਆ ਮੈਂ ਬਾਬੂ ਨੇ ਸੁਬਹ ਬੋਲ ਦਿਆ ਥਾ ਜੀ ਤੋ ਉਹ ਲੋਕ ਕਹਾਂ ਸੇ ਆ ਗਏ ਹਮ ਲੋਕ ਤੋ ਆਪ ਝੂਠ ਬੋਲ ਰਹੇ ਹੈ ਆਪਕੇ ਪਾਸ ਸਾਰੀ ਸਮਾਨ ਪੜਾ ਹੈ ਆਪ ਝੂਠ ਬੋਲ ਰਹੇ ਹੈ ਆਪ ਝੂਠ ਬੋਲ ਰਹੇ ਹੈ ਆਪਕੇ ਪਾਸ ਬਹੁਤ ਸਮਾਨ ਪੜਾ ਹੈ ਸਮਾਨ ਹੈ ਆਪਕੇ ਲਈ ਪੁਲਿਸ ਅੱਡੀ ਚੋਟੀ ਕਾ ਜ਼ੋਰ ਲਗਾ ਰਹੀ ਹੈ ਆਪ ਝੂਠ ਬੋਲ ਰਹੇ ਹੈਂ ਪਹਿਲੇ ਸਮਾਨ ਤੋਂ ਪੜਾ ਨਾ ਇਹ ਆਟਾ ਚਾਵਲ ਆਪਕੇ ਪਾਸ ਪੜਿਆ ਪਹਿਲੇ ਵਾਲੇ ਵੀ ਪਹਿਲੇ ਵਾਲੇ ਪੜੇ ਹੈ ਅਭੀ ਫਿਰ ਬਹੁਤ ਜ਼ਿਆਦਾ ਪੜੇ ਆਪਕੇ ਪਾਸ ਚਲੋ ਇਸਕੋ ਲੈ ਚਲੋ ਨਾਲ ਚਲੋ ਚਲੋ ਇੱਧਰ ਆਓ ਚਲੋ ਦੋਨੋਂ ਚਲੋ ਦੋਨੋਂ ਚਲੋ ਤੂੰ ਚਲ ਤੋ ਆਪ ਇੰਟਰ ਦਾ ਪੈਂਟ ਹੈ ਨਹੀਂ ਦੇਖੋ ਇਹਦਾ ਵੀ ਕਮਰਾ ਦੇਖ ਲਓ ਜੀ ਇਹਦਾ ਆਪਣਾ ਸਮਾਨ ਦੇਖਾ ਦਿੱਤੀ ਪੜਾ ਤਾ ਨਾ ਪਹਿਲੇ ਖਾਲੀ ਤੋਂ ਨਹੀਂ ਹੈ ਆਹ ਭੁੱਖੇ ਤੋਂ ਨਹੀਂ ਹੈ ਇਹ ਵਾਲਾ ਪੜਾ ਤਾ
आप क्यों झूठ बोलते हैं? नहीं सर, हम भूखने के लिए हम नहीं बोलते हैं। तो कपड़ा पहन लो। ये अच्छे परदेसी लोग रहते हैं, ये झूठ बोल के सानू पुलिस को गुमराह कर रहे हैं और इन्होंने खिलाफ कार्रवाई की जाएगी। हमें